Hi everybody, I'm your host Samantha Agarwal and you're watching Harmony TV. I hope your weekend is going well. In our first segment, Yash Sharmaji brings to you some very useful information to share. Let's have a look. ਅੱਜ ਅਸੀਂ ਨਾਰੀ ਸ਼ਕਤੀ ਦੀ ਗੱਲ ਕਰਾਂਗੇ ਜਿਹਨੂੰ ਵਿਮੈਨ ਇੰਪਾਵਰਮੈਂਟ ਵੀ ਕਹਿੰਦੇ ਨੇ। ਸਾਡੇ ਨਾਲ ਸਟੂਡੀਓ 'ਚ ਅੱਜ ਆਏ ਨੇ ਜਸਪਾਲ ਪਰਮਾਰ, ਜੋ ਕਿ ਟੀਚਰ ਨੇ, 2 ਸਾਲ ਤੋਂ ਪੜ੍ਹਾ ਰਹੇ ਨੇ, 7 ਸਾਲ ਦੀ ਬੱਚੀ ਦੀ ਅਪਬ੍ਰਿੰਗਿੰਗ ਕਰਦੇ ਨੇ ਐਜ਼ ਅ ਸਿੰਗਲ ਪੇਰੈਂਟ। ਜਸਪਾਲ ਜੀ, ਤੁਹਾਡਾ ਸਵਾਗਤ ਹੈ। ਤੁਹਾਡਾ ਬਹੁਤ ਧੰਨਵਾਦ ਐਂਡ ਥੈਂਕ ਯੂ ਟੂ ਆਲ ਆਵਰ ਵਿਊਅਰਸ ਔਨ ਹਾਰਮਨੀ ਟੀਵੀ। ਤੁਸੀਂ ਇਹ ਦੱਸੋ ਜਸਪਾਲ ਜੀ ਕਿ ਤੁਸੀਂ ਵਿਮੈਨ ਇੰਪਾਵਰਮੈਂਟ ਦੀ ਆਪਾਂ ਜਦੋਂ ਗੱਲ ਕਰੀਏ, ਇਹਦੇ ਬਾਰੇ ਤੁਹਾਡੇ ਵਿਊ ਪੁਆਇੰਟ ਕੀ ਹੈ? ਮੇਰਾ ਵਿਊ ਪੁਆਇੰਟ ਹੈਗਾ, ਵੁਮੈਨ ਇੰਪਾਵਰਮੈਂਟ ਬਹੁਤ ਜ਼ਿਆਦਾ ਹੀ ਜ਼ਰੂਰੀ ਆ, ਇਸਪੈਸ਼ਲੀ ਐਸ ਦਿਨ ਐਂਡ ਟਾਈਮ ਵਿੱਚ। ਵੁਮੈਨ ਇੰਪਾਵਰਮੈਂਟ ਦਾ ਮਤਲਬ ਹੁੰਦਾ ਆ ਕੋਨਫੀਡੈਂਸ, ਤੀਮੀ ਇਜ਼ ਏਬਲ ਟੂ ਸਪੋਰਟ ਹਰਸੈਲਫ ਫਾਈਨੈਂਸ਼ਲੀ, ਪੋਲੀਟੀਕਲੀ, ਐਜ਼ ਵੈਲ ਸੋਸ਼ਲੀ। ਆਈ ਥਿੰਕ ਇਟਸ ਆਲਸੋ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕਦੀ ਆ, ਐਜ਼ ਵੈਲ ਐਜ਼ ਆਪਣੀ ਫੈਮਿਲੀ ਨੂੰ ਹੈਲਪ ਕਰ ਸਕਦੀ ਆ, ਆਪਣੇ ਨਿਆਣੇ ਦੀ ਅਪਬ੍ਰਿੰਗਿੰਗ ਕਰ ਸਕਦੀ ਆ, ਵਿਦਆਊਟ ਫੀਲਿੰਗ ਕਿ ਉਹ ਫੀਲ ਆਫ ਫੇਲੀਅਰ ਔਰ ਫੀਲਿੰਗ ਆਫ ਹਰਟ ਔਰ ਪੇਨ। ਨਾਰੀ ਸ਼ਕਤੀ ਹਮੇਸ਼ਾ ਹੀ ਗੱਲਾਂ ਚੱਲਦੀਆਂ ਆਈਆਂ, ਔਰ ਜਿਹੜੇ ਅੰਕੜੇ ਮੇਰੇ ਸਾਹਮਣੇ ਆਏ ਹੈ, 2.5%, 2.5% ਜਿਹੜੀਆਂ ਜਨਾਨੀਆਂ ਹੈ ਉਹ ਫਾਰਚੂਨ 500 CEO ਕੰਪਨੀਜ਼ ਦੀਆਂ ਹੈਗੀਆਂ। ਇਹਦਾ ਮਤਲਬ ਕਿ ਉਹਨਾਂ ਨੂੰ ਘੱਟ ਮੌਕਾ ਮਿਲਦਾ ਹੈ ਜ਼ਿੰਦਗੀ 'ਚ ਅੱਗੇ ਵਧਣ ਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? Fortune 500 ਕਹਿੰਦਾ 2.5% ਵੁਮੈਨ ਗੈਟ ਅਹੈਡ। ਵਨ ਇੱਕ ਰੀਜ਼ਨ ਇਹਦਾ ਹੈਗਾ ਆ ਕਰਕੇ ਤੀਮੀਆਂ ਕੋਲ ਜਿਹੜੀ ਹੈਗੀ ਆ ਉਹਨਾਂ ਕੋਲ ਡਬਲ ਡਿਊਟੀ ਹੁੰਦੀ ਆ। ਇਹ ਵਾਲ ਡਬਲ ਡਿਊਟੀ ਦਾ ਮਤਲਬ ਹੈ ਦੋ ਸ਼ਿਫਟਾਂ ਲਾਉਣੀਆਂ ਪੈਂਦੀਆਂ। ਇੱਕ ਸ਼ਿਫਟ ਉਹਨਾਂ ਨੂੰ ਕੰਮ 'ਤੇ ਲਾਉਣੀ ਪੈਂਦੀ ਆ, ਉਹ 8 ਤੋਂ 10 ਘੰਟੇ ਕੰਮ ਕਰਦੀਆਂ, ਉਹ ਤੋਂ ਬਾਅਦ ਉਹਨਾਂ ਨੂੰ ਘਰ ਆ ਕੇ 8 ਤੋਂ 10 ਘੰਟੇ ਘਰ ਲਾਉਣੇ ਪੈਂਦੇ ਆ, ਆਪਣੀ ਸਫਾਈ 'ਤੇ, ਆਪਣੇ ਖਾਣੇ 'ਤੇ, ਆਪਣੇ ਨਿਆਣਿਆਂ ਦੇ ਪਰਵਰਿਸ਼ 'ਤੇ, ਮੇਕਿੰਗ ਸ਼ੋਰ ਕਿ ਪੂਰਾ ਘਰ ਵੀ ਠੀਕ ਆ। ਵਨ ਆਫ ਦਾ ਰੀਜ਼ਨਸ ਫੋਰ ਦਿਸ ਇਜ਼ ਕਰਕੇ ਐਜ਼ ਛੋਟੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਸਿਖਾਇਆ ਜਾਂਦਾ ਆ ਫੈਮਿਲੀ ਪਹਿਲਾਂ ਆਉਂਦੀ ਆ, ਅਸੀਂ ਸਾਡੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਫੈਮਿਲੀ ਨੂੰ ਬੜਾ ਕਰੀਏ, ਤਾਂ ਤੀਵੀਂ ਪਿੱਛੇ ਹਟੇ ਅਤੇ ਉਹਨਾਂ ਦਾ ਜਿਹੜਾ ਹਸਬੈਂਡ ਆ ਉਹ ਅੱਗੇ ਫਾਈਨੈਂਸ਼ਲੀ ਸਪੋਰਟ ਕਰੇ। ਆਲਸੋ ਜਿਹੜੇ ਸਟੈਟਿਸਟਿਕਸ ਦਿਖਾ ਰਹੇ ਆ, ਵਨ ਆਫ ਦਾ ਰੀਜ਼ਨਸ ਇਹ ਨਹੀਂ ਹੈਗਾ ਕਿ ਤੀਵੀਆਂ ਨੂੰ ਮੈਨ ਪਿੱਛੇ ਕਰ ਰਹੇ ਆ, ਕਿ ਤੀਵੀਆਂ ਦੇ ਅੰਦਰ ਹੀ ਇਨਬ੍ਰੈਡ ਹੁੰਦਾ ਕਿ ਸਾਡੇ ਕੋਲ ਕੋਨਫੀਡੈਂਸ ਨਹੀਂ ਹੁੰਦਾ, ਅਸੀਂ ਡਰ ਜਾਂਦੇ ਹਾਂ, ਅਸੀਂ ਫੀਅਰ ਕਰਦੀਆਂ ਹਾਂ ਫੇਲੀਅਰ ਤੋਂ, ਅਸੀਂ ਸੋਚਦੇ ਹਾਂ ਕਿ ਅਸੀਂ ਜੋਬ 'ਤੇ ਜਾ ਕੇ ਕੋਈ ਵੀ ਮਿਸਟੇਕ ਕਰਾਂਗੇ ਜਾਂ ਅੱਗੇ ਬੜ੍ਹਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਜੇ ਕੁਛ ਵੀ ਮਿਸਟੇਕ ਬਣਾਤੀ ਆ ਉਹ ਸਾਡੇ ਖਿਲਾਫ਼ ਹੋਲਡ ਕਰੀ ਜਾਏਗੀ। ਸੋ ਉਹਦੇ ਕਰਕੇ ਅਸੀਂ ਆਪਣੇ ਆਪ ਤੋਂ ਡਰ ਜਾਂਦੇ ਹਾਂ ਕਿ ਅਸੀਂ ਅੱਗੇ ਨਹੀਂ ਹੋਣਾ ਮੰਗਦੇ ਹਾਂ। ਕੋਨਫੀਡੈਂਸ ਬਹੁਤ ਜ਼ਿਆਦਾ ਹੀ ਬੜੀ ਕੀ ਹੈ ਕਰਕੇ ਬਹੁਤ ਬੰਦੇ ਸੋਚਦੇ ਹੈ ਕਿ ਉਹ ਕੋਨਫੀਡੈਂਸ ਸਾਡੇ ਕੋਲ ਨਹੀਂ ਹੈਗਾ, ਅਸੀਂ ਨਹੀਂ ਕਰ ਸਕਦੀਆਂ, ਤੀਵੀਆਂ ਸਮਹਾਓ ਅੰਡਰ ਮੈਨ ਹੈ, ਉਹਨਾਂ ਨੂੰ ਕਰਨਾ ਵੀ ਨਹੀਂ ਚਾਹੀਦਾ, ਕਿ ਉਹਨਾਂ ਨੂੰ ਮੈਨ ਭਾਈਆਂ ਨਾਲੋਂ ਪੈਸੇ ਵੀ ਨਹੀਂ ਜ਼ਿਆਦਾ ਕਮਾਉਣੇ ਚਾਹੀਦੇ। ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਕਾਫ਼ੀ ਵਾਰ ਜ਼ਿੰਦਗੀ 'ਚ ਸੁਣਨ ਆਇਆ ਕਿ ਵੀਜ਼ਾ ਵਿਕਦਾ, ਕਾਫ਼ੀ ਆਪਣੀਆਂ ਧੀਆਂ, ਆਪਣੀਆਂ ਭੈਣਾਂ ਜਿਹੜੀਆਂ ਕਨੇਡਾ ਐਂਟਰ ਕਰਦੀਆਂ ਵੀਜ਼ੇ 'ਤੇ ਆ ਕੇ, ਔਰ ਬਾਅਦ 'ਚ ਜਦੋਂ ਮੈਰਿਜ ਬੇਸ 'ਤੇ ਉਹ ਕਨੇਡਾ ਆਉਂਦੀਆਂ ਉਹ ਦੱਬ ਜਾਂਦੀਆਂ ਬੰਦਿਆਂ ਤੋਂ, ਉਹ ਵੀਕ ਹੋ ਜਾਂਦੀ ਹੈ ਕਨੇਡਾ ਦੀ ਧਰਤੀ 'ਤੇ ਆ ਕੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਆਈ ਥਿੰਕ ਇਹ ਬਹੁਤ ਜ਼ਿਆਦਾ ਹੀ ਜ਼ਰੂਰੀ ਗੱਲ ਆ ਕਰਕੇ ਬਹੁਤ ਜ਼ਿਆਦਾ ਹੀ ਤੀਮੀਆਂ ਨਾ ਜਾਂ ਭੈਣਾਂ ਨਾ ਹੋ ਰਹੀ ਹੈ ਇਹ ਗੱਲ। ਆਈ ਥਿੰਕ ਪਹਿਲੀ ਗੱਲ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਇਹ ਤੀਮੀਆਂ ਕਿਉਂ ਦੱਬ ਹੋ ਰਹੀਆਂ ਆ, ਰਾਈਟ? ਵਨ ਆਫ ਦ ਥਿੰਗਸ ਆਫ ਵੁਮੈਨ ਇੰਪਾਵਰਮੈਂਟ ਇਜ਼ ਫਰੀਡਮ ਆਫ ਚੋਇਸ, ਰਾਈਟ? ਜੇ ਅਸੀਂ ਬਿਨ ਚੋਇਸ ਤੋਂ ਇੰਡੀਆ ਜਾ ਕੇ ਆਪਣੀਆਂ ਧੀਆਂ ਨੂੰ ਵਿਆਹੀ ਜਾਂਦੇ ਹਾਂ ਉਹਨਾਂ ਦੇ ਖਿਲਾਫ਼, ਲਾਈਕ ਕਹਿ ਰਹੇ ਹਾਂ ਕਿ ਤੁਹਾਨੂੰ ਯਹਾਂ ਵਿਆਹ ਕਰਨਾ ਪੈਣਾ ਯਹਾਂ ਕਰਕੇ, ਸਾਡੀ ਫੈਮਿਲੀ ਓਬਲੀਗੇਸ਼ਨ ਹੈ, ਉਹ ਪਹਿਲਾਂ ਫਸ ਜਾਂਦੀਆਂ ਆ, ਰਾਈਟ? ਰਾਈਟ ਦੇਰ ਅਸੀਂ ਤੀਮੀ ਤੋਂ ਉਹਦੀ ਪਾਵਰ ਲੈ ਲਈ ਆ ਆਫ ਚੋਇਸ, ਫਿਰ ਉਹ ਤੋਂ ਬਾਅਦ ਉਹ ਆਉਂਦੀਆਂ ਆ ਤਾਂ ਉਹਨਾਂ ਦੇ ਹਸਬੈਂਡ ਆ ਕੇ ਉਹਨਾਂ ਨੂੰ ਅਪਰੈਸ ਕਰ ਰਹੇ ਆ, ਰਾਈਟ? ਉਹ ਉਹਨਾਂ ਤੋਂ ਲੈ ਰਹੇ ਆ। ਵਨ ਆਫ ਦਾ ਥਿੰਗਸ ਇਜ਼ ਉਹ ਉਹਨਾਂ ਭੈਣਾਂ ਨੂੰ ਨਹੀਂ ਪਤਾ ਉਹ ਕਿੱਦਾਂ ਡੀਲ ਕਰ ਸਕਦੀਆਂ, ਉਹ ਇੱਕਦਮ ਹੀ ਉਹਨਾਂ ਦਾ ਕੋਨਫੀਡੈਂਸ ਸ਼ੈਟਰ ਹੋ ਜਾਂਦਾ ਆ, ਉਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਕਿੱਦਾਂ ਅੱਗੇ ਹੋਈਏ ਜਾਂ ਇਸ ਟੋਪਿਕ ਨਾਲ ਕਿੱਦਾਂ ਡੀਲ ਕਰੀਏ। ਉਹ ਉਹਨਾਂ ਸਿਚੁਏਸ਼ਨ ਵਿੱਚ ਰਹਿ ਜਾਂਦੀਆਂ ਆ ਤਾਂ ਉਹਨਾਂ ਦੇ ਕਰਕੇ ਜਾਂ ਆਪਣੇ ਆਪ ਨੂੰ ਹਰਟ ਕਰ ਲੈਂਦੀਆਂ ਆ ਜਾਂ ਕੰਪਲੀਟਲੀ ਡਿਪਰੈਸ਼ਨ 'ਚ ਚਲ ਜਾਂਦੀਆਂ ਆ ਐਂਡ ਸਮਥਿੰਗ ਬੈਡ ਕਮਸ ਆਫ ਇਟ। ਉਸ ਸਿਚੁਏਸ਼ਨ 'ਚੋਂ ਨਿਕਲਣ ਲਈ ਤੁਹਾਡੇ ਕੀ ਸੁਝਾਅ ਆ? ਆਈ ਥਿੰਕ ਹੈਵਿੰਗ ਕੋਨਫੀਡੈਂਸ, ਆਪਣੇ ਆਪ ਦੇ ਉੱਪਰ ਪਤਾ ਹੋਣਾ ਚਾਹੀਦਾ ਆ ਕਿ ਮੈਂ ਕਰ ਸਕਦੀ ਹਾਂ। ਇੰਡੀਪੈਂਡੈਂਸ ਬਹੁਤ ਜ਼ਰੂਰੀ ਆ, ਰਾਈਟ? ਮੈਂ ਵੀ ਇੱਕ ਸਿੰਗਲ ਮਮ ਹੋ ਰਹੀ ਹਾਂ ਤਾਂ ਓਨਲੀ 1 ਈਅਰ ਓਨਲੀ ਹੋ ਚੱਲਾ ਆ, ਬਟ ਵਨ ਆਫ ਦਾ ਥਿੰਗਸ ਇਜ਼ ਕਿ ਤੁਹਾਨੂੰ ਸੋਚਣਾ ਪੈਂਦਾ ਕਿ ਤੁਹਾਡੀ ਸਿਚੁਏਸ਼ਨ ਕਿ ਇਜ਼ ਇਟ ਦੈਟ ਇੰਪੋਰਟੈਂਟ, ਕਿ ਤੁਸੀਂ ਰਹਿ ਸਕਦੇ ਆ, ਕਿ ਤੁਹਾਡਾ ਕੰਮ ਚੱਲ ਸਕਦਾ ਆ, ਕਿ ਤੁਸੀਂ ਚੇਂਜ ਹੋ ਸਕਦੇ ਆ, ਕਿ ਦੂਜਾ ਬੰਦਾ ਮੰਗਦਾ, ਜੇ ਨਹੀਂ ਤੁਸੀਂ ਆਪਣੇ ਆਪ ਨੂੰ ਐਜ਼ ਅ ਵੁਮੈਨ ਕੀ ਵਿਊ ਕਰਦੇ ਆ, ਰਾਈਟ? ਕਿ ਐਜ਼ ਅ ਵੁਮੈਨ ਤੁਹਾਨੂੰ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਰ ਸਕਦੀ ਹਾਂ, ਦੈਟਸ ਓਕੇ। ਜੇ ਉਹ ਨਹੀਂ ਹੋਊਗਾ ਮੈਂ ਫਿਰ ਵੀ ਆਪਣਾ ਕੰਮ ਕਰਕੇ ਆਪਣੇ ਘਰ ਚਲਾ ਸਕਦੀ ਹਾਂ, ਆਪਣੇ ਨਿਆਣੇ ਪਾਲ ਸਕਦੀ ਹਾਂ, ਦੈਟ ਮੈਂ ਆਈ ਕੈਨ ਡੂ ਇਟ, ਹੈ ਨਾ, ਮੈਂ ਅੱਗੇ ਹੋ ਸਕਦੀ ਹਾਂ। ਇਹ ਨਹੀਂ ਸੋਚਣਾ ਚਾਹੀਦਾ ਕਿ ਨਹੀਂ ਜੇ ਮੈਂ ਇਹਨਾਂ ਨੂੰ ਛੱਡ ਦਿੱਤਾ ਜਾਂ ਆਹ ਗੱਲ ਹੋ ਗਈ, ਸੁਸਾਇਟੀ ਮੇਰੇ ਬਾਰੇ ਕੀ ਸੋਚੂਗਾ, ਬੰਦੇ ਮੇਰੇ ਬਾਰੇ ਕੀ ਗੱਲਾਂ ਕਰੂਗੇ, ਮੈਂ ਆਪਣਾ ਨਿਆਣਾ ਕਿੱਦਾਂ ਪਾਲੂੰਗੀ, ਅੱਗੇ ਕੀ ਹੋਊਗਾ, ਮੈਂ ਕਰ ਸਕੂੰਗੀ ਨਹੀਂ ਕਰ ਸਕੂੰਗੀ, ਮੈਂ ਫਾਈਨੈਂਸ਼ਲੀ ਸਿਕਿਉਰ ਹੋ ਸਕੂੰਗੀ ਨਹੀਂ ਹੋ ਸਕੂੰਗੀ। ਤੁਹਾਡੇ ਵਿੱਚ ਆਪਣੇ
ਆਪਣੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਕਿ ਹਾਂ ਮੈਂ ਕਰ ਸਕਦੀ ਹਾਂ, ਹਾਂ ਮੈਨੂੰ ਕੋਈ ਰੋਕ ਨਹੀਂ ਸਕਦਾ, ਦੈਟ ਇਜ਼ ਓਕੇ, ਅ ਸਿਚੁਏਸ਼ਨ ਇਜ਼ ਬੈਡ, ਆਈ ਨੀਡ ਟੂ ਗੈਟ ਆਊਟ, ਤਾਂ ਮੈਨੂੰ ਆਪਣੇ ਆਪ ਕਾਬਲਤ 'ਤੇ ਪਤਾ ਹੋਣਾ ਚਾਹੀਦਾ ਆ। ਇਹ ਸਿਨੈਰੀਓ ਜਿਹੜਾ ਇੱਕ ਹੈ ਜਸਪਾਲ ਜੀ, ਦੂਜਾ ਜਿਹੜਾ ਸਿਨੈਰੀਓ ਉਹ ਇਹ ਹੈ ਕਿ ਜਦੋਂ ਵੀ ਵਿਮੈਨ ਨੂੰ ਇੰਪਾਵਰਮੈਂਟ ਹੋਈ, ਜਦੋਂ ਵੀ ਨਾਰੀ ਨੂੰ ਸ਼ਕਤੀ ਮਿਲੀ, ਉਹਨੇ ਇਹਦਾ ਮਿਸਯੂਟੀਲਾਈਜ਼ ਵੀ ਕੀਤਾ। ਕਈ ਵਾਰੀ ਐਂ ਵੀ ਹੋਇਆ ਕਿ ਕਈ ਪੁਲਿਸ ਅਫਸਰ ਵੀ ਲੇਡੀਜ਼ ਬਣੀਆਂ, ਉਹਨਾਂ ਨੇ ਮੈਨ ਹੈਂਡਲ ਕੀਤਾ ਬੰਦਿਆਂ ਨੂੰ, ਉਹਨਾਂ ਨੂੰ ਟੋਰਚਰ ਕੀਤਾ। ਇਹਦੇ ਨਾਲ ਸਾਨੂੰ ਇਹ ਵੀ ਰਿਪੋਰਟਸ ਮਿਲੀਆਂ ਕੈਨੇਡਾ ਦੇ ਵਿੱਚ ਕਿ ਕਈ ਜਨਾਨੀਆਂ ਜਿਹੜੀਆਂ ਆਪਣੇ ਘਰ ਵਾਲੇ 'ਤੇ ਹੱਥ ਵੀ ਚੱਕਦੀਆਂ, ਉਹਨਾਂ ਨੂੰ ਥੱਪੜ ਵੀ ਮਾਰਦੀਆਂ। ਇਹਦੇ ਬਾਰੇ ਕੀ ਕਹੋਗੇ? I would say gender inequality, it's really wrong, right? Jithe me the abuse hove a man, the abuse hove, abuse is wrong, okay? Ke tanu each other nu respect karke understand karna chahida hai. The reason I think ek kadam chukdiyan hai karke unhanu lagda hai ke ehi tarika hai power lain da, karke unhanu ehi dikhaya gaya hai chote pan to ke je tusi edda karange edda power mildi hai, so abuse kardiyan hai karke unhanne vi ohi cycle dekha hai na, shayad unhan de koi life de vich da apni wife nu ya apni you know ਕੋਈ ਸਿਸਟਰ ਨੂੰ ਦੇਖਿਆ ਹੋਗਾ ਕਿ ਉਹਨਾਂ ਦਾ ਹਸਬੈਂਡ ਉਹਨਾਂ ਨੂੰ ਬੀਟ ਕਰਦੇ ਆ, ਕੋਈ ਹੋਰ ਆਦਮੀ ਉਹਨਾਂ ਨੂੰ ਬੀਟ ਕਰਦਾ, ਸੋ ਜਿਸ ਲਈ ਉਹਨਾਂ ਨੂੰ ਥੋੜ੍ਹੀ ਬਹੁਤੀ ਪਾਵਰ ਮਿਲਦੀ ਆ, ਉਹ ਸੋਚਦੇ ਅਸੀਂ ਪਾਵਰ ਕਿੱਦਾਂ ਰੱਖ ਸਕੀਏ, ਉਹ ਅੰਡਰਸਟੈਂਡ ਨਹੀਂ ਕਰਦੇ ਕਿ ਇੰਟੈਲੀਜੈਂਸ ਇਜ਼ ਅ ਗ੍ਰੇਟ ਵੇ, ਇੰਡੀਪੈਂਡੈਂਸ ਇਜ਼ ਅ ਗ੍ਰੇਟ ਵੇ, ਕੌਨਫੀਡੈਂਸ ਇਜ਼ ਅ ਗ੍ਰੇਟ ਵੇ, ਰਾਈਟ? ਹੋਰ ਤਰੀਕੇ ਹੈਗੇ ਆ ਟੂ ਬੀ ਇੰਪਾਵਰਡ ਇਜ਼ ਅ ਵੂਮਨ, ਕਿ ਅਬਿਊਸ ਕੋਈ ਤਰੀਕਾ ਨਹੀਂ ਹੈਗਾ, ਆਈ ਥਿੰਕ ਦੈਟਸ ਅ ਬਿਗ ਮਿਸਟੇਕ ਦੈਟ ਪੀਪਲ ਮੇਕ ਐਂਡ ਦੇ ਸ਼ੁਡਨਟ ਮੇਕ ਇਟ ਆਲ। ਇਹਦੇ ਨਾਲ ਨਾਲ ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਕਿਉਂਕਿ ਕੈਨੇਡਾ ਜਿਹੜੀ ਹੈ ਓਪਨਨੈਸ ਬੜੀ ਹੈ ਸੋਸਾਇਟੀ ਦੇ ਵਿੱਚ, ਔਰ ਸਾਰੀ ਤਰ੍ਹਾਂ ਦੇ ਐਵਨਿਊਜ਼ ਜਿਹੜੇ ਆ ਲੇਡੀਜ਼ ਲਈ ਜਾਂ ਜੈਂਟਸ ਲਈ ਅਵੇਲੇਬਲ ਹੈਗੇ ਆ। ਕਾਫੀ ਜਿਹੜੀਆਂ ਲੇਡੀਜ਼ ਐਂਡ ਜੈਂਟਸ ਹੈ ਉਹ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਆ, ਡਰੱਗ ਅਲਕੋਹਲ ਦਾ ਅਬਿਊਜ਼ ਹੋ ਰਿਹਾ, ਔਰ ਕਲੱਬ ਕਲਚਰ ਜਿਹੜਾ ਇਸ ਗੱਲ ਨੂੰ ਬੜਾਵਾ ਦਿੰਦਾ, ਔਰ ਇਹ ਸਭ ਨੂੰ ਦੇਖਦੇ ਹੋਏ ਤੁਸੀਂ ਸੋਚਦੇ ਹੋ ਕਿ ਇਸ ਗੱਲ ਦਾ ਵੀ ਪਰਿਵਾਰ 'ਤੇ ਅਸਰ ਪੈਂਦਾ? ਹਾਂਜੀ, ਬਹੁਤ ਜ਼ਿਆਦਾ ਇਹ ਅਸਰ ਪੈਂਦਾ ਆ, ਜਿੱਦਾਂ ਮੈਂ ਵੀ ਇੱਧਰ ਲਈ ਬੋਰਨ ਆ, ਹੈ ਨਾ, ਸੋ ਆਈ ਬਿਲੀਵ ਐਵਰੀਥਿੰਗ ਇਨ ਮੋਡਰੇਸ਼ਨ ਇਜ਼ ਗੁੱਡ, ਰਾਈਟ? ਸਭ ਕੁਛ ਥੋੜ੍ਹਾ ਥੋੜ੍ਹਾ ਠੀਕ ਆ, ਪੂਰਾ ਕਲਚਰ ਦੇਖਣਾ ਠੀਕ ਆ, ਬਟ ਪ੍ਰੋਬਲਮ ਇਹ ਹੋਣ ਲੱਗ ਪਈ ਆ ਕਿਉਂਕਿ ਸਾਡੇ ਜਿਹੜੇ ਨੌਜਵਾਨ ਆ ਜਾਂ ਸਾਡੀ ਲੇਡੀਜ਼ ਆ, ਉਹਨਾਂ ਨੂੰ ਲੱਗਦਾ ਕਿ ਜਿਸ ਇੰਪਾਵਰਮੈਂਟ ਹੋਣਾ ਆ ਕਿ ਸਾਨੂੰ ਵੀ ਡਰੱਗਸ ਜਾਂ ਅਲਕੋਹਲ ਕਰਕੇ ਅਸੀਂ ਵੀ ਅੱਗੇ ਹੋ ਸਕਦੇ ਹਾਂ, ਜਾਂ ਇਹੀ ਕਲਚਰ ਆ, ਜਾਂ ਓਪਰੈਸ਼ਨ ਹੁੰਦਾ ਮਾਮ ਡੈਡ ਦਾ, ਉਹ ਸੋਚਦੇ ਆ ਕਿ ਮਾਮ ਡੈਡ ਨੋ ਕਹਿ ਰਹੇ ਆ ਸੋ ਇਹ ਗਲਤ ਹੋ ਗਏ, ਤਾਂ ਸਾਨੂੰ ਇੱਦਾਂ ਕਰਨਾ ਚਾਹੀਦਾ ਆ, ਰਾਈਟ? ਇੱਕਦਮ ਹੀ ਵੀ ਫਰੀਡਮ ਨਿਆਣੇ ਲਈ ਠੀਕ ਨਹੀਂ ਹੈਗੀ, ਤੁਹਾਨੂੰ ਨਾਲ ਦੇ ਨਾਲ ਥੋੜ੍ਹਾ ਥੋੜ੍ਹਾ ਦੇਣਾ ਚਾਹੀਦਾ, ਸਪੈਸ਼ਲੀ ਆਪਣੀ ਧੀਆਂ ਨੂੰ, ਰਾਈਟ? ਜੇ ਤੁਸੀਂ ਪੂਰੇ ਟਾਈਮ ਬੰਦ ਕੇ ਰੱਖੋਗੇ ਉਹਨਾਂ ਨੂੰ, ਜਿਸ ਇੱਕਦਮ ਹੀ ਫਰੀਡਮ ਮਿਲਦੀ ਹੈ ਯੂਨੀਵਰਸਿਟੀ ਜਾਂ ਕਾਲਜ ਜਾਂਦੀ ਆ, ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਦਾਂ ਇਹ ਕਰੀਏ, ਮਜ਼ਬੂਤ ਕਿੱਦਾਂ ਕਰੀਏ, ਕਿੱਦਾਂ ਯੂਜ਼ ਕਰੀਏ, ਸੋ ਉਹਨਾਂ ਦੀ ਪਹਿਲੀ ਇੰਸਟਿੰਕਟ ਹੁੰਦੀ ਆ ਅਸੀਂ ਪਾਰਟੀ ਕਰਦੇ ਹਾਂ, ਡਰੱਗਸ ਕਰਦੇ ਹਾਂ, ਕਰਕੇ ਮੋਮ ਡੈਡ ਨੇ ਆਲਵੇਜ਼ ਨੋ ਕਿਹਾ ਆ, ਰਾਈਟ? ਬਟ ਆਈ ਥਿੰਕ ਜੇ ਤੁਸੀਂ ਆਪਣੇ ਧੀਆਂ ਨੂੰ ਫਰੈਂਡਲੀ ਬੇਸ 'ਤੇ ਕਹੋਗੇ, ਰਾਈਟ, ਫਰੈਂਡ ਬੇਸ 'ਤੇ ਰੱਖੋਗੇ, ਥੋੜ੍ਹਾ ਥੋੜ੍ਹਾ ਉਹਨਾਂ ਨੂੰ ਓਪਰਚੁਨਿਟੀ ਦੋਗੇ, ਬਾਹਰ ਜਾਓਗੇ, ਕਲਚਰ 'ਚ ਮਿਕਸ ਹੋਗੇ, ਉਹਨਾਂ ਨੂੰ ਆਲਸੋ ਇਹ ਇੰਪਾਵਰਮੈਂਟ ਦੋਗੇ ਕਿ ਉਹ ਆਪਣੇ ਸਹੀ ਡਿਸੀਜਨਸ ਬਣਾ ਸਕਦੇ ਆ, ਰਾਈਟ? ਕਿਸ ਫਰੀਡਮ ਆਫ ਚੋਇਸ, ਬਟ ਆਲਸੋ ਫਰੀਡਮ ਆਫ ਕਿ ਮੈਨੂੰ ਪਤਾ ਮੈਂ ਕੀ ਕਰ ਰਹੀ ਹਾਂ, ਰਾਈਟ? ਬਹੁਤ ਜ਼ਿਆਦਾ ਹੀ ਜ਼ਰੂਰੀ ਆ, ਕਿਉਂਕਿ ਤੁਸੀਂ ਪੂਰੀ ਲਾਈਫ ਉਹਨਾਂ ਨਾਲ ਨਹੀਂ ਹੋ ਸਕਦੇ। But I also think eh jehda culture of abuse ya, it's really wrong and sanu sikhna chahida ya, especially jis le timia ya pa even jyada pee reya ya drug abuse kar reya, right? Je assi other like culture dekhna mangde ha, we could look at the aboriginal culture, right? Unna de kinne saal ho gaye jehda cycle of violence break karke dekhde ha, cycle of abuse break karke dekhde ha, there's nothing good that comes of such a cycle, right? Abuse, drugs, oh apne nyane nahi sambhal sakde, unna de nyane sab to jyada foster home ch ja rahe ha, unna de family breaks ho jandi ha, unna nu pyar nahi karna aunda, right? So there's nothing good that can come of that. Even not only like ladies but also gents, I think ghar de vich jis le bhai openly pee rahe ya apne niyaniyan de more, openly pee rahe apne sanna de more, and they're giving them that chance to understand ke edda hi hunda, main tired honda ya ta mainu peena chahida hai. ਇਹਦੇ ਨਾਲ ਨਾਲ ਇੱਕ ਜਿਹੜੀ ਹੋਰ ਚੀਜ਼ ਵੀ ਮੈਨੂੰ ਦੇਖਣ ਨੂੰ ਮਿਲੀ ਆਪਣੇ ਭਾਈਚਾਰੇ ਦੇ ਵਿੱਚ ਕਿ ਓਪਨਨੈਸ ਆਫ ਸੋਸਾਇਟੀ ਬਹੁਤ ਹੈ, ਲੇਡੀਜ਼ ਨੂੰ ਕੰਮ ਕਰਨਾ ਪੈਂਦਾ ਹੈ, ਉਹਨਾਂ ਨੂੰ ਆਪਣੇ ਖਰਚੇ ਕੱਢਣੇ ਪੈਂਦੇ, ਬਿੱਲ ਬੱਤੀਆਂ ਕੱਢਣੇ ਪੈਂਦੇ ਹੈ, ਪਰ ਕਿਉਂਕਿ ਉਹਨਾਂ ਦੇ ਕੋਵਰਕਰ ਜਿਹੜੇ ਹੈ ਉਹ ਆਪਣੇ ਲੋਕ ਹੈ ਜਾਂ ਗੋਰੇ ਹੈ, ਉਹਨਾਂ 'ਤੇ ਉਹ ਸ਼ੱਕ ਕਰਨ ਲੱਗ ਪੈਂਦੇ ਹੈ, ਚਾਹੇ ਉਹ ਹਸਬੈਂਡ ਹੈ ਚਾਹੇ ਵਾਈਫ ਹੈ, ਇਹ ਸ਼ੱਕ ਵੀ ਜਿਹੜਾ ਇਹ ਵੀ ਬੜੀ ਢਾਲ ਆ ਰਿਹਾ ਸਾਡੀ ਪਰਿਵਾਰਾਂ ਨੂੰ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? I think shak to har bande de vich hunda, si human ya, human de vich shak hona ya, but you also have to make sure ke tusi jehde shak kar rahe ha kede galti kar rahe ha, thanu right away or not go out and check it out, right? Ke koi banda react karde ha, Facebook te chal jande, Twitter te chal jande, pata nahi ki likh dende ha, right? It's a beizzati, thodi beizzati ho rahi hai, thodi family di beizzati ho rahi hai, and je gal like galt gal hoi fir everyone involved, but also being that said, I mean lagda
extramarital affairs are on the rise. ਮੈਨੂੰ ਲੱਗਦਾ ਸਾਡੀ ਕਮਿਊਨਿਟੀ ਵਿੱਚ ਜ਼ਿਆਦਾ ਹੀ ਗੱਲ ਹੋ ਰਹੀ ਆ ਕਿ ਜਿੱਥੇ ਹਸਬੈਂਡ ਵੀ ਆਊਟ ਜਾ ਰਹੇ ਆ, ਵਾਈਫ ਵੀ ਆਊਟ ਜਾ ਰਹੀ ਆ, ਇਟਸ ਅ ਪ੍ਰੋਬਲਮ. ਐਂਡ ਆਈ ਥਿੰਕ ਇਹਦੇ ਕੇਸਾਂ ਦੇ ਵਿੱਚ ਤੁਹਾਨੂੰ ਈਚ ਅਦਰ ਨਾਲ ਗੱਲ ਕਰਨੀ ਚਾਹੀਦੀ ਹੈ. ਯੂ ਸ਼ੁੱਡ ਮੇਕ ਇਟ ਵਰਕ, ਰਾਈਟ? ਤੁਹਾਨੂੰ ਗੱਲ ਕਰਕੇ ਕੀ ਪ੍ਰੋਬਲਮ ਆ, ਕੀ ਨਹੀਂ ਹੋ ਰਿਹਾ. ਐਂਡ ਬੋਥ ਆਈ ਥਿੰਕ ਓਪਨਨੈਸ ਬਹੁਤ ਜ਼ਰੂਰੀ ਇਨ ਐਨੀ ਰਿਲੇਸ਼ਨਸ਼ਿਪ, ਰਾਈਟ? ਜੇ ਤੁਹਾਨੂੰ ਕੋਈ ਆਪਣੀ ਵਾਈਫ ਨਾਲ ਨਹੀਂ ਗੱਲ ਕਰ ਸਕਦਾ, ਦੇਰ ਇਜ਼ ਅ ਪ੍ਰੋਬਲਮ, ਰਾਈਟ? ਤੁਹਾਨੂੰ ਈਚ ਅਦਰ ਨੂੰ ਤੁਹਾਨੂੰ ਬੈਲੈਂਸ ਹੋਣਾ ਚਾਹੀਦਾ. ਦੈਟਸ ਵਾਟ ਇੰਪਾਵਰਮੈਂਟ ਇਜ਼ ਅਬਾਊਟ. ਇਹ ਨਹੀਂ ਕੀਤੀ ਮੈਂ ਤੁਸੀਂ ਕਹੋ ਤੂੰ ਸਭ ਕੁਛ ਹੀ ਆ, ਮੈਂ ਥੱਲੇ ਹੋ ਜਾਂਦਾ. ਨੋ, ਯੂ ਗਾਈਜ਼ ਨੀਡ ਟੂ ਰੇਜ਼ ਟੂ ਦ ਸੇਮ ਲਾਈਕ ਇਕੁਆਲਿਟੀ, ਰਾਈਟ? ਸਾਨੂੰ ਸੇਮ ਲੈਵਲ ਤੇ ਆ ਕੇ ਸੇਮ ਗੱਲਾਂ ਕਰਨੀਆਂ ਚਾਹੀਦੀਆਂ ਆ, ਐਂਡ ਦੈਨ ਗੋ ਫਰੋਮ ਦੇਅਰ, ਆਈ ਥਿੰਕ. ਬਟ ਇਟ ਇਜ਼ ਅ ਪ੍ਰੋਬਲਮ. ਔਰ ਦੂਜਾ ਵੀ ਦੇਖਿਆ ਮੈਂ, ਜਿਹੜਾ ਮੈਰਿਜ ਬੇਸ ਤੇ ਲੋਕ ਆਉਂਦੇ ਆਪਣੇ ਪੰਜਾਬ ਤੋਂ, ਉਹਨਾਂ ਚੋਂ ਇੱਕ ਜਿਹੜਾ ਹਸਬੈਂਡ ਜਾਂ ਵਾਈਫ ਆ ਉਹ ਘੱਟ ਪੜ੍ਹਿਆ ਲਿਖਿਆ ਹੁੰਦਾ, ਦੂਜਾ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ. ਕਿਆ ਇਹ ਵੀ ਕਾਰਨ ਹੈ ਕਿ ਉਹਦੇ ਨਾਲ ਜਿਹੜਾ ਸਸਪੀਸ਼ਨ ਵੱਧਦਾ ਆ? I think so. It ho sakda hai, but I don't think parai has anything to do. It should have nothing to do with thodi kidda relationship chaldi hai, right? Relationship isn't on parai. It should be on intelligence, love and emotion, right? Ke bande eh sochde hai ke main jyada padhi hu so mainu apne husband nu thalle launa chahida hai, ya bekar ke meri wife jyada padhi hu main emasculate ho rahi hai, right? So I need to go find somebody. E bahut jyada hi galat kar liya. Idda nahi hona chahida, right? Education de naal relationship de naal maybe thoda correlation hai ga, but inna nahi hona chahida at all. Thanu apne aap da sochna chahida ki is bande ਮੇਰੀ ਬਣਦੀ ਹੈ, ਨਹੀਂ ਬਣਦੀ, ਕਿੱਦਾਂ ਬਣ ਸਕਦੀ ਹੈ. ਸਾਡੇ ਕੋਲ ਅਦਰ ਥਿੰਗਸ ਵੀ ਹੈਗਾ ਆ, ਰਾਈਟ? ਸਮ ਆਫ ਦ ਮੋਸਟ ਐਜੂਕੇਟਡ ਪੀਪਲ ਆਰ ਪ੍ਰੋਬਬਲੀ ਨਾਟ ਲਾਈਕ, ਦੇ ਆਰ ਨਾਟ ਵੈਰੀ ਸੋਸ਼ਲ ਪੀਪਲ, ਦੇ ਆਰ ਵੈਰੀ ਬਾਏ ਦਮਸੈਲਵਸ. ਲਾਈਕ, ਆਈ ਨੋ ਅ ਲੋਟ ਆਫ ਐਜੂਕੇਟਡ ਪੀਪਲ, ਮੇ ਬੀ ਦੇ ਆਰ ਨਾਟ ਦ ਬੈਸਟ ਆਫ ਪੀਪਲ, ਰਾਈਟ? ਇੱਕ ਹੋਰ ਸਵਾਲ ਤੁਹਾਡੇ ਲਈ ਜਿਹੜਾ ਮੈਨੂੰ ਵੀ ਦੇਖਣ 'ਚ ਆਇਆ, ਉਹ ਇਹ ਹੈ ਕਿ ਪੇਰੈਂਟਸ ਦਾ ਜਾਂ ਇਨਲਾਜ਼ ਦਾ, ਸਹੁਰਿਆਂ ਦਾ ਜਾਂ ਮਾਂ ਬਾਪ ਦਾ ਜਿਹੜਾ ਇੰਟਰਫੇਰੈਂਸ ਬਹੁਤ ਹੈ ਪਰਿਵਾਰਾਂ ਦੇ ਵਿੱਚ, ਔਰ ਉਹ ਵੀ ਬਹੁਤ ਵੱਡੀ ਟਾਲ ਆ ਰਹੀ ਹੈ, ਉਹਦੇ ਨਾਲ ਜਿਹੜੇ ਸਾਡੇ ਪਰਿਵਾਰ ਬਿਖਰ ਰਹੇ ਹੈ, ਉਹਦੇ ਨਾਲ ਜਿਹੜੀ ਵਿਮੈਨ ਹੈ ਉਹ ਜਿਹੜੀ ਹੈ ਉਹਦੀ ਸੁਣਵਾਈ ਹੀ ਨਹੀਂ ਹੋ ਰਹੀ, ਉਹਦੇ ਲਈ ਕੀ ਹੱਲ ਹੈ? ਹੱਲ ਤਾਂ ਬਹੁਤ ਔਖਾ ਹੀ ਆ ਜੀ, ਤੁਹਾਨੂੰ ਦੱਸਾਂ, ਇਹ ਘਰੋਂ ਸ਼ੁਰੂ ਹੋਣਾ ਪੈਣਾ ਆ. ਆਈ ਥਿੰਕ ਜਿਹੜੇ ਮਦਰ ਇਨ ਲਾਅ, ਫਾਦਰ ਇਨ ਲਾਅ ਆ, ਸੱਸ ਸਹੁਰੇ ਆ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਜਿਸਲੇ ਉਹ ਵਿਆਹ ਕੇ ਲੈ ਕੇ ਆਉਂਦੇ ਆ ਕਿੰਨੀ ਖੁਸ਼ੀ ਨਾਲ ਲੈ ਕੇ ਆਉਂਦੇ ਆ, ਰਾਈਟ? ਕਹਿੰਦੇ ਸੀ ਕਿੰਨੀਆਂ ਖੁਸ਼ੀਆਂ ਸੀ ਆਪਣਾ ਮੁੰਡਾ ਵਿਆਹਿਆ. ਇਹਨਾਂ ਨੂੰ ਜਿਹੜੀ ਬੋਟੀ ਆਉਂਦੀ ਹੈ ਉਹਨਾਂ ਨੂੰ ਆਪਣੀ ਧੀ ਬਣਾ ਕੇ ਰੱਖਣੀ ਚਾਹੀਦੀ ਆ, ਰਾਈਟ? ਜਿਹੜੀ ਬੋਟੀ ਉਹਨਾਂ ਤੋਂ ਮਿਸਟੇਕਾਂ ਹੋਣੀਆਂ ਆ, ਪ੍ਰੋਬਲਮਾਂ ਆਉਣੀਆਂ ਆ, ਪਰ ਤੁਹਾਨੂੰ ਆਪਣੇ ਨਿਆਣੇ ਨਾਲ ਵੀ ਉਹ ਪ੍ਰੋਬਲਮਾਂ ਆਉਂਦੀਆਂ ਆ, ਫਿਰ ਅਸੀਂ ਉਹਨਾਂ ਨਾਲ ਕਦੇ ਪਿਆਰ ਨਾਲ ਸਲੂਟ ਕਰਦੇ ਹਾਂ, ਰਾਈਟ? ਜੇ ਤੁਸੀਂ ਧੀ ਵਿਆਹ ਕੇ ਲੈ ਕੇ ਆਉਂਦੇ ਆ, ਤੁਹਾਨੂੰ ਇਹ ਸੋਚਣਾ ਚਾਹੀਦਾ ਇਹ ਮੇਰਾ ਨਿਊ ਮੈਂਬਰ ਆਫ ਮਾਈ ਫੈਮਿਲੀ ਆ, ਇਹ ਮੇਰੀ ਧੀ ਆ, ਮੇਰੀ ਡੋਟਰ ਆ, ਅੱਗੇ ਤੁਹਾਡੇ ਗ੍ਰੈਂਡ ਨਿਆਣੇ ਹੋਣੇ ਆ, ਰਾਈਟ? ਸੋ ਇਨਸਟੈਡ ਆਫ ਪ੍ਰੋਬਲਮਾਂ ਕ੍ਰੀਏਟ ਕਰਨੀਆਂ, ਤੁਹਾਨੂੰ ਪ੍ਰੋਬਲਮਾਂ ਸੋਲਵ ਕਰਨੀਆਂ ਚਾਹੀਦੀਆਂ, ਆਪਣੇ ਘਰ ਬੇਸ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਕੀ ਪ੍ਰੋਬਲਮ ਆ, ਰਾਈਟ? ਫਿਰ ਉਤੋਂ ਇਨਸਟੈਡ ਆਫ ਆਰਗਿਊਇੰਗ ਜਾਂ ਹਿਟਿੰਗ ਜਾਂ ਅਬਿਊਸ ਆਫ ਐਨੀ ਕਾਈਂਡ, ਯੂ ਸ਼ੁੱਡ ਬੀ ਡੀਲਿੰਗ ਵਿਦ ਇਟ, ਰਾਈਟ? ਐਂਡ ਨਾਲੇ ਤੁਸੀਂ ਸੱਸ ਸਹੁਰੇ ਰਹੇ ਹਾਂ, ਤੁਸੀਂ ਓਲਡਰ ਆ, ਤੁਹਾਨੂੰ ਸਮਝ ਹੋਣੀ ਚਾਹੀਦੀ ਆ, ਰਾਈਟ? ਸਾਡੀ ਗੱਲ, ਅਸੀਂ ਤਾਂ ਨਿਆਣੇ ਹਾਂ, ਸਾਨੂੰ ਕੀ ਪਤਾ ਅਸੀਂ ਕੀ ਕਰ ਲਾਈਫ 'ਚ, ਰਾਈਟ? ਅਸੀਂ ਗਲਤੀ ਬਣਾ ਰਹੇ ਹਾਂ. ਜਦ ਮੰਮੀ ਡੈਡੀ ਆਉਂਦੇ ਆ, ਸਾਨੂੰ ਸਮਝਾਉਂਦੇ ਆ, ਹੌਲੀ ਹੌਲੀ ਰਸਤੇ ਦਿਖਾਲਦੇ, ਤਾਂ ਅਸੀਂ ਰਸਤੇ 'ਤੇ ਹੁੰਦੇ ਹਾਂ, ਰਾਈਟ? ਸੋ ਆਈ ਥਿੰਕ ਜ਼ਿਆਦਾ ਸਮਝ ਸੱਸ ਸਹੁਰੇ ਨੂੰ ਵੀ ਹੋਣੀ ਚਾਹੀਦੀ ਆ. ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਕਨਸੈਪਟ ਦੇਖਿਆ ਮੈਂ, ਔਰ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ, ਕਿ ਇੰਟਰ ਰਿਲੀਜਨ ਮੈਰਿਜਿਸ ਬਹੁਤ ਹੋ ਰਹੀਆਂ ਸਾਡੀਆਂ ਹਿੰਦੂਆਂ ਸਰਦਾਰਾਂ 'ਚ. ਉਹ ਤਾਂ ਇੱਕ ਗੱਲ ਹੈ, ਜਿਹੜੀ ਸਾਡੇ ਗੋਰਿਆਂ 'ਚ ਮੇਨ ਸਟ੍ਰੀਮ 'ਚ ਵੀ ਸਾਡੇ ਰਿਸ਼ਤੇ ਹੋ ਰਹੇ ਆ, ਕੀ ਤੁਸੀਂ ਸੋਚਦੇ ਹੋ ਉਹ ਨਾਰੀ ਸ਼ਕਤੀ ਲਈ ਫੇਵਰੇਬਲ ਹੋਣਗੇ? Yes, menu lagda hai interracial marriage has nothing to do with women empowerment, theek hai? Jehdi women, only thing it has to do is jehdi women empowerment hundi is power of choice, right? Je main mere ko apni choice honi chahidi hai, confidence hona chahida ki main jinna vyah karna mangdi main kar sakdi hu. So I don't think ke in any way interracial marriage is hurting women empowerment, right? It's giving us a choice. ਬਾਕੀ ਗੱਲ ਕਿ ਉਹ ਕਲਚਰ ਕਿੱਦਾਂ ਦਾ ਆ, ਰਿਲੀਜਨ ਕਿੱਦਾਂ ਦਾ ਆ, ਕਿ ਅਸੀਂ ਫਿੱਟ ਹੋ ਸਕਦੇ ਨਹੀਂ ਹੋ ਸਕਦੇ, ਉਹ ਤਾਂ ਆਪਣੇ ਹਰ ਬੇਸ 'ਤੇ ਹੋਣਾ ਚਾਹੀਦਾ ਆ. ਪਰ ਆਈ ਥਿੰਕ ਵੀ ਸ਼ੁੱਡ ਐਕਸੈਪਟ ਇਟ, ਦੇਅਰ ਇਜ਼ ਨਥਿੰਗ ਰੋਂਗ ਵਿਦ ਇਟ. ਆਖਰੀ ਜੀ, ਤੁਹਾਡਾ ਕੀ ਮੈਸੇਜ ਹੈ ਇੰਡੋ ਕੈਨੇਡੀਅਨ ਕਮਿਊਨਿਟੀ, ਜਿਹੜਾ ਸਾਡਾ ਸਾਰਾ ਭਾਈਚਾਰਾ ਸ਼ੋਅ ਦੇਖ ਰਿਹਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਕਿ ਇਹ ਨਹੀਂ ਮੈਂ ਕਹਿ ਰਹੀ ਕਿ ਵੂਮੈਨ ਨੂੰ ਭਾਈਆਂ ਤੋਂ ਵੱਧ ਹੋਣਾ ਚਾਹੀਦਾ ਆ ਜਾਂ ਭਾਈਆਂ ਨੂੰ ਥੱਲੇ ਹੋਣਾ ਚਾਹੀਦਾ. ਮੈਂ ਸੋਚ ਰਹੀ ਹਾਂ ਕਿ ਦੋਨਾਂ ਨੂੰ ਸੇਮ ਲੈਵਲ 'ਤੇ ਹੋਣਾ ਚਾਹੀਦਾ ਆ. ਆਈ ਬਿਲੀਵ ਜੇ ਦੋਨੇ ਸੇਮ ਲੈਵਲ 'ਤੇ ਹੋਊਗੇ, ਸਾਡੇ ਘਰ, ਸਾਡੀ ਫੈਮਲੀ ਆ, ਸਾਡੇ ਨਿਆਣੇ ਬੈਟਰ ਪਲ ਸਕਦੇ ਆ. ਸਾਡੇ ਕਲਚਰ ਦੇ ਵਿੱਚ ਵੈਰੀ ਮੱਚ ਲਾਈਕ ਐਲਕੋਹੋਲਿਜ਼ਮ, ਐਕਸਟਰਾ ਮੈਰਿਟਲ ਅਫੇਅਰਸ ਹੋ ਰਹੇ ਆ. ਆਈ ਥਿੰਕ ਜੇ ਅਸੀਂ ਬੈਠ ਕੇ ਗੱਲਾਂ ਕਰਾਂਗੇ ਆਪਣੇ ਪਰਿਵਾਰਾਂ ਦੇ ਨਾਲ, ਵਿਲ ਬੀ ਓਕੇ. ਆਲਸੋ ਸਾਨੂੰ ਛੋਟੀ ਉਮਰ ਤੋਂ ਸਿਖਾਲਿਆ ਜਾਂਦਾ ਐਸ ਗਰਲਸ ਕਿ ਸਾਨੂੰ ਸਾਡੇ ਭਰਾ ਸਾਡੇ ਨਾਲੋਂ ਬੈਟਰ ਆ, ਅਸੀਂ ਇਹ ਕੰਮ ਨਹੀਂ ਕਰ ਸਕਦੇ, ਉਹ ਕੰਮ ਨਹੀਂ ਕਰ ਸਕਦੇ, ਇਹ ਗਲਤ ਗੱਲ ਆ. ਆਲਸੋ ਜਿਸ ਲਈ ਕੁੜੀਆਂ ਪ੍ਰੈਗਨੈਂਟ ਹੁੰਦੀਆਂ ਆ, ਤੁਸੀਂ ਉਹਨਾਂ ਨੂੰ ਕਹਿਣ ਲੱਗ ਪੈਂਦੇ ਆ ਕਿ ਆਪਣੀ ਪੜ੍ਹਾਈ ਛੱਡੋ, ਆਪਣੇ ਘਰ ਦਾ ਕੰਮ ਸੰਭਾਲੋ ਜਾਂ ਇੱਦਾਂ ਕਰੋ. ਨੋ, ਜਿਸ ਲਈ ਤੁਹਾਡੀ ਨੌਹਾਂ ਵੀ ਹੋ ਗਈ ਹੈ, ਤੁਹਾਡੀ ਧੀਆਂ ਆ, ਉਹਨਾਂ ਨੂੰ ਕਹੋ ਅੱਗੇ ਪੜ੍ਹੋ. ਜੇ ਉਹਨਾਂ ਕੋਲ ਕੇਪਬਿਲਿਟੀ ਹੈਗੀ, ਉਹਨਾਂ ਨੂੰ ਨਾ ਰੋਕੋ, ਉਹਨਾਂ ਦੀ ਹੈਲਪ ਕਰੋ, ਉਹਨਾਂ ਅੱਗੇ ਬੜਾਓ. ਜਿੰਨੇ ਸਾਡਾ ਯੂਥ, ਸਾਡੇ ਤੀਵੀਆਂ, ਸਾਡੇ ਈਵਨ ਆਰ ਮੈਨ, ਜਿੰਨੇ ਅਸੀਂ ਜ਼ਿਆਦਾ ਪੜ੍ਹਾਂਗੇ, ਸਾਡੀ ਉਨੀ ਰਿਸਪੈਕਟ ਸੋਸਾਇਟੀ 'ਚ ਵੱਧ ਸਕਦੀ ਹੈ, ਆਪਣੇ ਘਰ 'ਚ ਵੱਧ ਸਕਦੀ ਹੈ, ਉਨੀ ਸਾਡੀ ਰਿਲੇਸ਼ਨਸ਼ਿਪਸ ਬੈਟਰ ਐਂਡ ਸਟਰੋਂਗਰ ਹੋ ਸਕਦੀਆਂ, ਰਾਈਟ?
ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਬਹੁਤ ਧੰਨਵਾਦ ਐਂਡ ਥੈਂਕ ਯੂ ਟੂ ਐਵਰੀਬਡੀ ਔਨ ਹਾਰਮਨੀ ਟੀਵੀ ਆਈ ਹੋਪ ਯੂ ਆਰ ਇੰਜੋਇੰਗ ਦਿਸ ਸ਼ੋਅ ਵੀਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ ਹਾਈ ਆਮ ਨਵਜੀਨ ਕਮਰਵਾਲ ਫਰੋਮ ਆਪਟੀਮਮ ਇਮੀਗ੍ਰੇਸ਼ਨ ਆਮ ਅ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਇਫ ਯੂ ਹੈਵ ਐਨੀ ਕੁਐਸਚਨਸ ਰਿਲੇਟਡ ਟੂ ਐਨੀ ਇਮੀਗ੍ਰੇਸ਼ਨ ਔਰ ਸਪੌਂਸਰਸ਼ਿਪ ਔਰ ਵਰਕ ਪਰਮਿਟਸ ਯੂ ਕੈਨ ਕਾਲ ਮੀ ਐਟ 780-399-5127 780-490-6090 780-468-3331. You can also email me at navjeen@optimumgroup.info. Enjoy luxury living at Royal Oaks by Cancom Developments. Location and complete satisfaction draw our clients to Royal Oaks. We offer fully serviced lots in a broad variety of sizes. Build your dream with us. We are 5 minutes south of Edmonton and 10 minutes from the International Airport. Let your lifetime investment be Royal Oaks. Wondering what's happening in Western Canada? We are presenting Cultural Tadka in Hindi, Punjabi and English. We are coming every Saturday with news, views, entertainment and community coverage. Don't forget to watch us every Saturday morning. Harmony TV, celebrating togetherness. Welcome back, Bolso. Now it's time to enjoy the community coverage. You can also send us your upcoming event information on info@harmonytv.ca. Ladies and gentlemen, join me on Dhali ke saath, this is Harmony. Please give him a huge round of applause, Amarjeet Soi for Ward 12. Also like to request Amarjeet Soi to say a few words. Well, thank you so much. It's nice to see such a big, big crowd out for this festival. I've been coming to these events ever since they started, and each year we see the crowd getting bigger. And that is because of the dedication and the time that your board members, the volunteers who organize this event spent. भारतीय कल्चरल एसोसिएशन ऑफ एडमंटन और इंडो कनेडियन कल्चरल एसोसिएशन ने आज समर फेयर का आयोजन किया है। ये पिछले 5 साल से कर रहे हैं। हमारे साथ हैं राजेश अरोड़ा, जो कि प्रेसिडेंट हैं इंडो कनेडियन कल्चरल एसोसिएशन के।
रजेश जी ये बताएं कि इस जो समर फेस्टिवल होता है, ये समर फेयर होता है, इसका ऑब्जेक्टिव क्या है? नमस्कार यश जी, टीवी हारमोनी देखने वाले सभी श्रोताओं को मेरा प्यार भरा नमस्कार। यश जी, इस फन फेयर का करने का उद्देश्य सिर्फ यही है कि जैसे हम अपना कल्चर जो इंडिया में हम देखते आए हैं, करते आए थे और देख, उसी को हम आगे लेके जाना चाहते हैं। हम चाहते हैं कि हमारा जो कल्चर है वो हमारे दिलों में ज़िंदा रहे, हम उसको कनाडा में आगे कैसे बढ़ा सकते हैं। सिर्फ उसी एक उद्देश्य से हम इस फन फेयर को शुरू किया था 5 साल पहले। आज हमें बहुत खुशी हो रही है, बहुत अच्छा सहयोग मिल रहा है एडमंटन के निवासियों से, जो आज यहाँ 5th समर फन फेयर पर आए हुए हैं। साथ ही साथ एक और उद्देश्य है कि जो सारा साल हिंदू मंदिर BCSAK में सारा साल वॉलंटियर करते हैं, मदद करते हैं, हेल्प करते हैं, तो उनको थोड़ा सा हम एंटरटेन करते हैं इस फन फेयर के थ्रू और उनको थैंक यू बोलना चाहते हैं। अजय जी ये बताएं, आज इतना इकट्ठा है, लगभग 3 से 4 हज़ार लोग आए हुए हैं, ये सारा खर्चा जो है आप कहाँ से मीट आउट करते हैं? यश जी, ये सारा स्पॉन्सर्ड है इवेंट। हमारे पास बहुत कम्युनिटी के बड़े बड़े स्पॉन्सर्स हैं जो हर साल इस इवेंट को स्पॉन्सर करते आ रहे हैं, और मैं धन्यवाद करना चाहता हूँ यश जी का, उनके न्यूज़पेपर एशियन ट्रिब्यून का और हारमोनी टीवी का, जिसके माध्यम से पूरे एडमंटन को हमारी ये जो थोड़ा छोटा सा जो प्रयास है उसके बारे में जानकारी मिलती है और वो खुद आके आगे बढ़ते हैं और हमें कहते हैं कि हमने ये फूड स्टॉल लगाना है या हमने ये टेंट का खर्चा देना है या स्टेज का स्पॉन्सरशिप देनी है। तो इसमें हमारे को, मेरे को बताते हुए बहुत खुशी हो रही है कि इसमें एक बहुत बड़ा योगदान यश जी का भी है। आने वाले समय में आप कम्युनिटी से क्या चाहते हैं? कम्युनिटी से यही है कि अपने कल्चर को हमारे जो बुज़ुर्ग हैं, हमारे जो बच्चे हैं, क्योंकि कई बुज़ुर्ग जो हैं वो कई साल पहले इंडिया से माइग्रेट होके कनाडा में सेटल हुए थे, तो वो कुछ एक चीज़ें भूल रहे हैं, और जो हमारी नई जनरेशन जो यूथ जो आ रही है वो भी अपने कल्चर में जुड़े रहें, बस यही चाहते हैं कि मिलजुल के सब लोग काम करें और अपने हिंदुस्तान को अपने दिलों में लगाकर आगे बढ़ें। बहुत बहुत धन्यवाद। धन्यवाद यश जी। Enjoying the show. We'll be right back after a short break. Looking for high quality, fully customizable windows and doors for your next project? Come visit Durabilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. Reveal your natural beauty with Keratic Beauty Spa. खुशी के हर मौके पर Keratic Beauty Spa लेकर आए हैं unwind facial, nail and makeup treatments along with waxing and threading, hair and laser treatments.
केराटिक ब्यूटी स्पा में पाएं अपने आप को। पिछले 8 साल से आपकी कम्युनिटी की सेवा में 9160 23rd Avenue एडमंटन या कॉल करें 780-485-1680। At Maple Dental Clinic, we strive to create a comfortable environment for our patients. We work evening and weekend hours for your convenience. We do Invisalign braces, digital x-rays using modern state-of-the-art equipment. We direct bill insurances. Our staff speak English, Punjabi, Hindi, and Urdu. Hi there, how are you today? At Maple Dental Clinic, how can I help you there? We are here to spread a smile, so please call us at 780-440-5001 to book an appointment today. Welcome back, friends. I hope you enjoyed our show today. Don't forget to subscribe to our YouTube channel and like our Facebook page. Before I sign off, let's enjoy the Punjabi song of the week. ਸੰਗਦੀ